गुरुद्वारा बाबा संघ ढेसियां विखे सालाना गुरमत समागम 31 दसंबर नूं करवाया जा रहा है। इस संबंधी गुरद्वारा साहब विखे एक विशेष मीटिंग की गई जिस विच साबका श्रोमणी कमेटी मैंबर हरजिंदर सिंह लल्ली अते बाबा संघ जी दस्तार क्लब के प्रधान अमरजीत सिंह ढेसी ने दस्सिया कि हर साल की तरह इस बारी भी नवा साल गुरु के नाल अते साध संगत के नाल मनाउण लई 31 दसंबर नूं महान गुरमत समागम करवाए जा रहे हैं, जिस विच भाई गुरु दविंदर सिंह सोढी, भाई अमरजीत सिंह गालब, बीबी सिमरन कौर अते होर कीर्तनी जत्थे संगतां नूं गुरु चरणां नाल जोड़नगे। गुरुद्वारा बाबा संघ ढेसियां दे मैनेजर कमलजीत सिंह, हरकमल बेगमपुर, सुखदेव सिंह, मदन लाल रंधावा, हरप्रदीप सिंह ढेसी, हरमिंदर सिंह, गुरमुख सिंह ढींसा, प्रदीप सिंह, बलजिंदर सिंह रूपोवाल, रामपाल सिंह ढेसी, बलविंदर सिंह, हरविंदर सिंह, बीड़वंसिया, मोहन लाल अते होर संगतां हाजिर सन। का खालसा वाहेगुरू जी की फतेह। अज असी सारे बाबा संघ जी के स्थान के उपर एकत्र होए हैं अते सारिया ने इस गल की दृढ़ता दोहराई है कि जो उपराला बाबा संघ जी के पवित्र स्थान के उत्ते हरेक साल दस्तार कब नौजवानों वालों लिया गया है कि कीर्तन दरबार करा के ਨਵੇਂ ਸਾਲ ਦੇ ਅੰਦਰ ਸੰਗਤ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਅਤੇ ਉਸ ਸੰਬੰਧੀ ਅੱਜ ਅਸੀਂ ਇੱਕ ਪੋਸਟਰ ਵੀ ਜਾਰੀ ਕੀਤਾ ਹੈ ਅਤੇ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਦੇਖੋ ਅੱਜ ਆਪਾਂ ਸਾਰੇ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹਾਂ ਕਿ ਅੱਜ ਦੇ ਦਿਨਾਂ ਦੇ ਅੰਦਰ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਭਾ ਵੀ ਚੱਲ ਰਹੀ ਹੈ ਕਿ ਆਪਣੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਕੌਮ ਲਈ ਬਹੁਤ ਵੱਡੀ ਸ਼ਹਾਦਤ ਜਿਹੜੀ ਹੈ ਦਿੱਤੀ ਹੈ ਅਤੇ ਨਾਲ ਦੀ ਨਾਲ ਇਹਨਾਂ ਦਿਨਾਂ ਦੇ ਅੰਦਰ ਹੀ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ ਉਹ ਵੀ ਇਹਨਾਂ ਦਿਨਾਂ ਦੇ ਅੰਦਰ ਹੀ ਚੱਲ ਰਿਹਾ ਹੈ ਅਤੇ ਨਾਲ ਦੀ ਨਾਲ ਸੰਗਤ ਦੇ ਵਿੱਚ ਜਿੱਦਾਂ ਆਪਣੇ ਸਾਲ ਹੈ ਮਹੀਨੇ ਹੈ ਅਤੇ ਨਵਾਂ ਸਾਲ ਵੀ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਹੀ ਆਉਂਦਾ ਹੈ ਅਤੇ ਇਹ ਸਾਲ ਇਹ ਸਾਰੇ ਪ੍ਰਮ ਇਕੱਤਰ ਹੋਣ ਕਰਕੇ ਜਿਹੜਾ ਅਸੀਂ 31 ਤਰੀਕ ਸ਼ਾਮ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਅਤੇ ਨਵੇਂ ਸਾਲ ਦੀ ਉਮੀਦ ਨੂੰ ਚੰਗੀ ਰੱਖ ਕੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਲਈ ਇਕੱਤਰ ਹੋਣਾ ਹੈ। ਇਸ ਮੌਕੇ ਉੱਤੇ ਸਾਡੇ ਕੋਲ ਬੜੇ ਮਹਾਨਵਾਰ ਜਥੇ ਭਾਈ ਦਵਿੰਦਰ ਸਿੰਘ ਜੀ ਸੋਢੀ ਵਰਗੇ ਕੀਰਤਨੀਏ ਪਹੁੰਚ ਰਹੇ ਹੈ। ਮੈਂ ਇਸ ਮੌਕੇ ਉੱਤੇ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਆਓ ਆਪਾਂ ਸਾਰੇ ਇਕੱਤਰ ਹੋ ਕੇ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਵੀ ਹਾਜ਼ਰੀ ਲਵਾਈਏ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ ਉਹ ਸਾਡੇ ਲਈ ਸੁਖੀ ਭਰਿਆ ਹੋਵੇ, ਚੜ੍ਹਦੀ ਕਲਾ ਵਾਲਾ ਹੋਵੇ। ਅਸੀਂ ਨਵੇਂ ਸਾਲ ਦੇ ਅੰਦਰ ਆਪਣੇ ਆਪ ਨੂੰ ਗੁਰੂ ਸਾਹਿਬ ਨਾਲ ਜੋੜ ਕੇ ਆਪਣਾ ਜੀਵਨ ਜਿਹੜਾ ਆ ਉਹ ਸਫਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਸੰਘ ਦਸਤਾਰ ਕਲੱਬ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਬਾਬਾ ਸੰਘ ਢੇਸੀਆਂ ਵਿਖੇ ਕਰਵਾਇਆ ਜਾਂਦਾ ਹੈ, ਜੋ ਕਿ ਸ਼ਾਮ 6 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਮਹਾਨ ਕੀਰਤਨ ਦਰਬਾਰ ਦੇ ਵਿੱਚ ਮਹਾਨ ਢਾਡੀ ਪਹੁੰਚਦੇ ਹਨ, ਕੀਰਤਨੀਏ ਪਹੁੰਚਦੇ ਹਨ ਅਤੇ ਹੋਰ ਜਿਹੜੇ ਆਪਣੇ ਸਮਾਗਮ ਜਿਹੜੇ ਕਰਵਾਏ ਜਾਂਦੇ ਹਨ। ਇਸ ਵਾਰ 31 ਦਸੰਬਰ ਸ਼ਾਮ 6 ਵਜੇ ਤੋਂ ਲੈ ਕੇ 12 ਵਜੇ ਤੱਕ ਭਾਈ ਦਵਿੰਦਰ ਸਿੰਘ ਜੀ ਸੋਢੀ, ਭਾਈ ਅਮਰਜੀਤ ਸਿੰਘ ਜੀ ਗਾਲਵ, ਤਰਨਵੀਰ ਸਿੰਘ ਜੀ ਤਲਣ ਵਾਲੇ, ਬੀਬੀ ਸਿਮਰ ਕੌਰ ਜੀ ਲੁਧਿਆਣੇ ਵਾਲੇ ਅਤੇ ਭਾਈ ਗੁਰਜੰਡ ਸਿੰਘ ਜੀ ਫਗਵਾੜੇ ਵਾਲੇ ਹਾਜ਼ਰੀ ਲਵਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਮੇਰੀ ਇਲਾਕਾ ਨਿਵਾਸੀ ਸੰਗਤਾਂ ਅੱਗੇ ਬੇਨਤੀ ਹੈ, ਹਰੇਕ ਸਾਲ ਦੀ ਤਰ੍ਹਾਂ ਆਪਾਂ ਇੱਥੇ ਹਾਜ਼ਰੀ ਲਵਾਉਂਦੇ ਹਾਂ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਉਂਦੇ ਹਾਂ। ਮੈਂ ਫਿਰ ਤੁਹਾਨੂੰ ਬੇਨਤੀ ਕਰਦਾ, ਆਪਾਂ ਇਸ ਸਾਲ ਵੀ ਆਪਾਂ ਹਾਜ਼ਰੀ ਲਵਾਈਏ ਗੁਰੂ ਘਰ ਅਤੇ ਬਾਬਾ ਸੰਘ ਦੇ ਚਰਨਾਂ ਦੇ ਵਿੱਚ ਸਰਬੱਧੇ ਭਲੇ ਦੇ ਅਰਦਾਸ ਕਰੀਏ ਅਤੇ ਵੱਧ ਤੋਂ ਵੱਧ ਮੇਰੇ ਵੀ ਭੈਣ ਭਰਾ ਹੀ ਆਪਣੇ ਸਾਧਾਂ ਰਾਹੀਂ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।